بسم اللہ الرحمن الرحیم لا الہ الا اللہ محمد رسول اللہ. دوستو السلام علیکم. ساڈے کول ایک ملٹی میٹر ہے, چلدا کوئی نہیں, پیسے دی جڑی بیٹری جڑی وہ ختم ہو گئی. بیٹری اج اسی دوان چینج کرن دا طریقہ اس دا دس دیاں. سب تو پہلے اس دی پیچھے سائڈ تے دو پیچ لگے ہن, انہاں نوں اوپن کرنا, کھولنا. ਪੇਚ ਅਸੀਂ ਖੋਲ ਕੇ ਆਹ ਸਾਡੇ ਕੋਈ ਕੋਈ ਬੈਟਰੀ ਆ ਉਹ ਪੈਂਦੇ ਹਾਂ. ਅਗਲੀ ਸਾਈਡ 'ਤੇ ਆਹ ਦੋ ਲਾਕ ਬਣੇ ਹੋਏ ਨੇ, ਤੁਹਾਨੂੰ ਨਜ਼ਰ ਆ ਗਏ. ਪਿਛਲੀ ਸਾਈਡ 'ਤੇ ਆਹ ਦੋ ਪੇਚ ਲੱਗੇ ਹੋਏ ਨੇ, ਪੇਚ ਵੀ ਖੋਲ ਲੈਣੇ, ਲਾਕ ਜਿਹੜੇ ਤਿਆਰ ਨਾਲ ਖੋਲ ਲੈਣੇ. ਆਹ ਬੈਟਰੀ ਹੈ ਇਸ ਦੀ, ਜਿਹੜੀ ਵੱਡੀ ਪਿੰਨ ਇੱਕ ਛੋਟੀ ਆ, ਛੋਟੀ ਜਿਹੜੀ ਉਹ ਜਮ ਵਾਲੀ ਹੈ ਤਾਂ ਵੱਡੀ ਨਫੀ ਵਾਲੀ ਆ. ਆਹ ਗਲਤ ਜਿਹੜੇ ਲੱਗ ਨਹੀਂ ਸਕਦੇ ਇਸ ਦੇ, ਉਹ ਜੱਕ ਜਿਹਾ ਬਣਿਆ ਵਾ, ਉਲਟਾ ਨਹੀਂ ਲੱਗ ਸਕਦਾ. ਹੁਣ ਅਸੀਂ ਬੈਟਰੀ ਜਿਹੜੀ ਲਾ ਦਿੱਤੀ ਹੈ, ਚੈੱਕ ਕਰਦੇ ਹਾਂ ਸਾਡਾ ਮੀਟਰ ਆਨ ਹੁੰਦਾ ਨਹੀਂ ਹੁੰਦਾ. ਆਹ ਮੀਟਰ ਦੇ ਅੰਦਰ ਵਾਲਾ ਸਮਾਨ ਹੈ, ਆਹ ਇੱਕ ਫਿਊਜ਼ ਲੱਗੋ ਬਸ, ਆਹ ਵਿੱਚ ਕੋਈ ਦੂਸਰੇ ਪੁਰਜ਼ੇ ਸ਼ੁਰਜ਼ੇ ਲੱਗੇ ਆਏ ਨੇ. ਬੈਟਰੀ ਦੀ ਸਾਡੀ ਫਿਟਿੰਗ ਹੋ ਗਈ ਹੈ. ਰੀਡਿੰਗ ਸਾਡਾ ਮੀਟਰ ਦੇਣ ਲੱਗ ਪਿਆ, ਆਨ ਹੋ ਗਿਆ. ਹੁਣ ਪਿੱਛ ਅਸੀਂ ਦੇ ਲਾ ਕੇ ਨਾ ਕਵਰ ਜਿਹਾ ਪੇਚ ਲੈਂਦੇ ਹਾਂ, ਇਸਦੇ ਦੋ ਪੇਚ ਨੇ ਇਸਦੇ, ਉਹ ਸਿਰਫ ਲਾਉਣੇ ਨੂੰ. ਉੱਤਰੀ ਸਾਈਡ 'ਤੇ ਦੇ ਲਾਕ ਬਣੇ ਨੂੰ ਪਹਿਲੇ ਲਾਕ ਨੂੰ ਬਿਠਾਉਣਾ. ਦੋਸਤੋ ਸਾਡਾ ਮੀਟਰ ਜਿਹੜਾ ਕੰਟੀਨਿਊਟੀ 'ਤੇ, ਕੋਈ ਵਾਇਰ ਸ਼ਾਇਰ ਕੋਈ ਚੀਜ਼ ਚੈੱਕ ਕਰਨੀ ਹੋਵੇ ਤਾਂ ਇੱਥੇ ਰੱਖਣਾ, ਡਾਈ ਬੋਰਡ ਵਾਲੀ ਰੇਂਜ 'ਤੇ. ਇੱਥੇ ਜਿਹੜੇ ਵੋਲਟ 'ਚ ਅੱਜ ਸਾਡੀ ਬੈਟਰੀ ਬਿਲਕੁਲ ਡੈਡ ਹੈ, ਕੋਈ ਨਹੀਂ ਇਤਨਾ ਕਰੰਟ, 0.21 ਵੋਲਟ ਸ਼ੋ ਕਰ ਰਿਹਾ. ਇੱਥੇ ਪਿੱਛੇ ਆਫ ਹੁੰਦਾ, ਉਸ ਤੋਂ ਬਾਅਦ ਏ ਸੀ ਵੋਲਟ ਨਾ 600 ਤੱਕ ਦੀ ਐਂਡ ਰੇਂਜ ਆ, 200 ਤੋਂ ਸ਼ੁਰੂ ਹੁੰਦੀ ਆ. ਉਸ 'ਤੇ ਅੱਗੇ ਜਿਹੜੇ ਅੰਪੇਅਰ ਸ਼ੁਰੂ ਹੋ ਜਾਂਦੇ ਨੇ, ਇਸਦੇ ਡੀ ਸੀ ਅੰਪੇਅਰ, ਇਸ 'ਤੇ ਥੱਲੇ ਅੰਪੇਅਰ ਐਨ, ਫਿਰ ਅੱਗੇ ਇੱਥੇ ਤੁਸੀਂ ਦੂਸਰੇ ਪੁਰਜ਼ੇ ਚੈੱਕ ਕਰ ਸਕਦੇ ਹੋ, ਟੀ ਵੀ, ਰੇਡੀਓ, ਲੈਪਟਾਪ ਦੇ ਕਿਸੇ ਕਿਸਮ ਦੇ ਵੀ, ਟਰਾਂਜਿਸਟਰ, ਡਾਈਵੋਡ, ਟਰਾਂਸਿਸਟਰ, ਜੋ ਕੋਈ ਚੈੱਕ ਕਰਨਾ, ਫਿਊਜ਼ ਵਗੈਰਾ ਚੈੱਕ ਕਰਨਾ ਹੋਵੇ. ਉਸ ਤੋਂ ਇਲਾਵਾ ਇੱਥੋਂ ਤਾਂ ਜਿਹੜੇ ਵੋਲਟ ਚੈੱਕ ਹੁੰਦੇ ਨੇ, ਡੀ ਸੀ ਓਮ ਲਿਖਿਓ, ਬੇਸ ਮੀਟਰ. ਇੱਥੇ ਆਹ ਜਿਹੜਾ ਐਨ ਪੀ ਐਨ, ਤਾਂ ਸਾਡਾ ਪੀ ਐਨ ਪੀ ਆ ਟਰਾਂਸਿਸਟਰ, ਇੱਥੇ ਜਿਹੜੇ ਨਾ ਚੈੱਕ ਹੋ ਜਾਂਦੇ ਨੇ. ਇਸ ਲੁੱਪ ਵਿੱਚ 10 ਅੰਪੇਅਰ, ਅੰਪੇਅਰ ਚੈੱਕ ਕਰਨੇ ਹੋਣ ਤਾਂ ਫਿਰ ਇਸਦੀ ਆ ਜਿਹੜੀ ਚੇਂਜ ਕਰਨਾ ਪਾਉਣੀ ਆ.
ਇਧਰ ਜਿਹੜੀ ਤਾਰ ਕਿਉਂ ਲੱਗੀ ਹੈ ਪ੍ਰੋਫ ਦੀ ਦੋਸਤੋ, ਆਹ ਸਾਡੀ ਜਿਹੜੀ ਨਾ ਸਿਰਫ ਬੈਟਰੀ ਚੇਂਜ ਕਰਨ ਦੀ ਵੀਡੀਓ ਆ, ਬਾਅਦ 'ਚ ਜਿਹੜਾ ਨਾ ਬਸ ਤੁਹਾਨੂੰ ਮੁਕੰਮਲ ਚੈੱਕ ਕਰਕੇ ਨਾ ਮੀਟਰ ਦੇ ਬਾਰੇ ਦੱਸਣ ਦੇ ਹੋਣ ਦਵਾਨ ਅਸੀਂ। ਆਹ ਚਾਰਜਰ ਲਾਇਆ ਲੈਪਟਾਪ ਦਾ, ਉਸ 'ਤੇ ਚੈੱਕ ਕਰਨੇ ਕਰੰਟ ਆ ਰਿਹਾ ਕੋਈ ਨਹੀਂ ਆ ਰਿਹਾ। ਆਹ ਹੁਣ ਬਿਜਲੀ ਚੈੱਕ ਕਰੂੰ, ਡੀ ਸੀ ਏ ਸੀ ਵੋਲਟ ਨੂੰ 220। ਆ ਸਾਡੇ ਕੋਲ ਲੈਪਟਾਪ ਦਾ ਚਾਰਜਰ ਹੁਣ ਡੀ ਸੀ ਅਸੀਂ ਚੈੱਕ ਕਰਦੇ ਹਾਂ ਵੋਲਟ। ਆ ਹੁਣ ਸਾਡੇ ਕੋਲ ਇੱਕ ਲੈਪਟਾਪ ਦਾ ਚਾਰਜਰ ਆ, ਇੱਕ ਅਸੀਂ ਇਹਦੀ ਬਾਹਰ ਲੈਣੀ ਹੁੰਦੀ, ਉਸ ਅੰਦਰ ਜਿਹੜੇ ਇਸਦੀ ਪਿੰਨ ਜੀ ਉਸ ਨਾਲ ਅਟੈਚ ਕਰਨ ਦੇ, ਅੰਦਰ ਵਾਲੀ ਜਮ੍ਹਾਂ ਦੀ ਹੁੰਦੀ ਅਤੇ ਬਾਹਰ ਨਫੇ ਦੀ ਹੁੰਦੀ ਹੈ। ਉਸ ਤੋਂ ਪਹਿਲੇ ਸਾਨੂੰ ਮੀਟਰ ਜਿਹੜਾ ਡੀ ਸੀ ਕਰਨਾ ਪੈਣਾ। ਨਜ਼ਰਦਾਨ ਆਉਂਦਾ ਪੈਣਾ 14.5 ਵੋਲਟ। ਜਿਤਨੇ ਵੋਲਟ ਨੇ ਉਸ ਤੋਂ ਜ਼ਿਆਦਾ ਰੇਂਜ 'ਚ ਮੀਟਰ ਨੂੰ ਐਡਜਸਟਮੈਂਟ ਕਰਨਾ। ਜੇ 14 ਵੋਲਟ ਤੱਕ ਚੈੱਕ ਕਰਨੇ, 19 ਵੋਲਟ ਤੱਕ, ਫਿਰ 20 ਤੱਕ ਅਸੀਂ ਰੱਖ ਸਕਦੇ ਹਾਂ ਮੀਟਰ ਨੂੰ। ਜੇ 20 ਤੋਂ ਜ਼ਿਆਦਾ ਹੁੰਦਾ ਫਿਰ 200, 200 ਤੋਂ ਜ਼ਿਆਦਾ ਹੁੰਦਾ ਫਿਰ 600 ਦੀ ਰੇਂਜ 'ਚ ਰੱਖਣਾ। ਅਤੇ ਡੀ ਸੀ ਦਾ ਤਾਂ ਕੋਈ ਏ ਸੀ ਦਾ ਵੀ ਆ ਫੰਕਸ਼ਨ ਆ, 220 ਵੋਲਟ ਬਿਜਲੀ ਚੈੱਕ ਕਰਨੀ ਫਿਰ 600 ਦੀ ਰੇਂਜ 'ਚ ਦਾ ਰੱਖਣਾ ਸੀ। ਸਹੀ ਹੈ ਜੀ, ਅੱਲਾ ਸੋਹਣੇ ਦੇ ਵਾਲੇ, ਅਸਲਾਮੁਅਲੈਕਮ।